ਓਏ ਛੋਟੂ, ਪੰਜਾਬ ਪੁਲਿਸ ਦੀ ਕੋਈ ਰੇਸ ਨਹੀਂ ਆ। ਸਬਰ ਦਾ ਬੰਨ ਟੁੱਟ ਚੁੱਕਾ। ਜੀ ਹਾਂ, ਵਾਕਈ ਸਬਰ ਦਾ ਬੰਨ ਟੁੱਟ ਚੁੱਕਾ। ਜੋ ਤਸਵੀਰ ਪੰਜਾਬ ਦੇ ਕੋਨੇ ਕੋਨੇ ਤੋਂ ਸਾਹਮਣੇ ਆ ਰਹੀਆਂ ਸੀ, ਜਿਸ 'ਚ ਪੰਜਾਬ ਪੁਲਿਸ ਦੇ ਮੁਲਾਜ਼ਮ ਪੰਜਾਬ ਦੇ ਲੋਕਾਂ ਦੀ ਧੋੜੀ ਇਸ ਤਰ੍ਹਾਂ ਲਾਉਂਦੇ ਵੇਖੇ ਗਏ ਸੀ, ਹੁਣ ਡਾਂਗਾਂ 'ਤੇ ਭਜਾਉਣ ਦੀ ਵਾਰੀ ਪੰਜਾਬ ਪੁਲਿਸ ਦੀ ਨਹੀਂ ਬਲਕਿ ਆਮ ਲੋਕਾਂ ਦੀ ਲੱਗ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਵੀਡੀਓ ਜੋ ਵਾਇਰਲ ਹੋ ਰਹੀ ਹੈ ਇਸ ਗੱਲ ਦੀ ਗਵਾਹੀ ਭਰਦੀ ਹੈ। ਇਹ ਵੀਡੀਓ ਫਾਜ਼ਿਲਕਾ ਦੀ ਹੈ, ਜਿੱਥੇ ਵੀਡੀਓ 'ਚ ਔਰਤਾਂ ਕਹਿ ਰਹੀਆਂ ਨੇ ਕਿ ਪੁਲਿਸ ਵਾਲੇ ਉਹਨਾਂ ਦੇ ਘਰ ਵੜ ਮਾਰਕੁੱਟ ਕਰਦੇ ਆ। ਬਸ ਫਿਰ ਕੀ ਸੀ, ਸ਼ੁਰੂ ਹੋਇਆ ਇੱਟਾਂ ਮਾਰਨ ਦਾ ਸਿਲਸਿਲਾ। ਠਾ ਠਾ ਦੀਆਂ ਆਵਾਜ਼ਾਂ ਇਹ ਇੱਟਾਂ ਦੀਆਂ ਹੀ ਨੇ ਜੋ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਉੱਤੇ ਵੱਜ ਰਹੀਆਂ ਨੇ, ਅਤੇ ਇਹ ਭੱਜ ਦੌੜ, ਪਿੱਛੇ ਪਿੱਛੇ ਔਰਤਾਂ, ਅੱਗੇ ਅੱਗੇ ਪੁਲਿਸ ਮੁਲਾਜ਼ਮ। ਆਓ ਪਹਿਲਾਂ ਉਹ ਸਾਰਾ ਨਜ਼ਾਰਾ ਵੇਖ ਲੈਂਦੇ ਹਾਂ, ਫਿਰ ਮਾਮਲੇ ਦੀ ਪੜਚੋਲ ਕਰਾਂਗੇ ਕਿ ਇਹ ਠੀਕ ਹੈ ਜਾਂ ਫਿਰ ਗਲਤ। ਆਓ ਉਹ ਵੀਡੀਓ ਵੀ ਦਿਖਾ ਦਿੰਦੇ ਹਾਂ, ਜਿਸ 'ਚ ਪੁਲਿਸ ਮੁਲਾਜ਼ਮ ਇੱਕ ਜਵਾਈ ਤੋਂ ਆਪਣੇ ਸਹੁਰੇ ਦੇ ਥੱਪੜ ਮਾਰਨ ਲਈ ਕਹਿ ਰਹੀ ਹੈ। ਇਸੇ ਤਰ੍ਹਾਂ ਦੀਆਂ ਕਈ ਹੋਰ ਵੀਡੀਓ ਵੀ ਦੇਖੋ ਜੋ ਖੁਦ ਪੁਲਿਸ ਮੁਲਾਜ਼ਮਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਨੇ। ਜਾਣੂ ਹੋਏ ਆ, ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਾਂਗੇ। ਇਹ ਦੱਸੋ
ਦੱਸੋ ਕੋਈ ਨਹੀਂ ਗਲਤੀ ਕਰਾਂਗਾ ਇਹ ਨਾ ਆਟਾ ਲੈਣਾ ਹੈ ਮੈਂ ਲੈਣਾ ਹੈ ਤੇ 21 ਦਿਨ ਬਾਅਦ ਨਹੀਂ ਨਿਕਲਾਂਗੇ ਨਾ 21 ਦਿਨ ਬਾਅਦ ਨਹੀਂ ਨਿਕਲਾਂਗੇ ਨਹੀਂ ਨਿਕਲਾਂਗੇ ਸਾਲ ਸੇ ਬਸ ਬਸ ਆਟਾ ਲੈ ਸਿਰਫ ਰਿਸ਼ਤੇ ਕਰਕੇ ਲਿਆਈ ਕਰ ਲਿਆ ਹੀ ਹੁਣ ਠੀਕ ਹੈ ਜੀ ਅੱਜ ਤੁਹਾਨੂੰ ਹਦਾਇਤ ਦਿੱਤੀ ਜਾਂਦੀ ਤੇ ਗਾਂ ਦੋਵਾਂ ਇਕੱਠੇ ਨਹੀਂ ਨਿਕਲਣਾ ਆਪਣੇ ਆਸ ਪਾਸ ਪੜੋਸੀਆਂ ਨੂੰ ਵੀ ਦੱਸੋ ਜਾ ਕੇ ਓਕੇ ਠੀਕ ਹੈ ਨਾ ਨਿਕਲ ਜਾ ਪਤਾ ਕਰਫਿਊ ਲੱਗਿਆ ਹੋਇਆ ਤੁਹਾਨੂੰ ਡੰਡਾ ਕਾਹਦੇ ਫੜਨਾ ਡੰਡਾ ਕਾਹਦੇ ਥੱਲੇ ਪੈ ਪਾਇਆ ਥੱਲੇ ਬੈਠ ਥੱਲੇ ਬੈਠ ਥੱਲੇ ਬੈਠ ਰਹਿਣ ਨੂੰ ਤਾਂ ਕੀ ਹੋ ਗਿਆ ਮੈਂ ਤਾਂ ਥੱਲੇ ਲੰਬਾ ਅੰਕਲ ਰਹਿਣ ਦੇ ਥੱਲੇ ਪੈ ਅੰਕਲ ਰਹਿਣ ਦੇ ਮੈਂ ਥੱਲੇ ਅੰਕਲ ਜੀ ਅੰਕਲ ਰਹਿਣ ਦੇ ਆ ਫੜ ਅੰਕਲ ਜੀ ਇਹ ਪਾਉਂ ਦਾ ਕੀ ਕਰਨਾ ਹੀ ਉਹਨੂੰ ਵੀ ਬੁਲਾਓ ਬੁਲਾਓ ਉਹਨੂੰ ਬੁਲਾਓ ਉਹਨੂੰ ਆਵਾਜ਼ ਮਾਰ ਬੁਲਾਓ ਨੂੰ ਨਸ਼ਾ ਕੀ ਸੀ ਤੁਹਾਡੇ ਨਸ਼ਾ ਉਰੇ ਕੀ ਚੌਥੇ ਖਾ ਲਓ ਘਰੇ ਬੈਠ ਬੰਦ ਤਾਂ ਕਰਿਆ ਹੋਇਆ ਕਰਫਿਊ ਦੇ ਅੰਦਰ ਕਿਉਂ ਨਿਕਲੇ ਜਹਿਨ ਥੱਲੇ ਥੱਲੇ ਪੈ ਜਾ ਪੈ ਜਾ ਪੈ ਜਾ ਥੱਲੇ ਭੱਜਦਾ ਨਾ ਮੈਂ ਤੈਨੂੰ ਕੁਛ ਨੀ ਸੀ ਕਹਿਣਾ ਪਹਿਲਾਂ ਖੜਾ ਉੱਠ ਕੇ ਭਾਂ ਕੇ ਵਿਗਾੜ ਲੱਗੇ ਸੀ ਬਿਠਾ ਕੇ ਪੀਂਦੇ ਸੀ ਕਿੱਥੋਂ ਆਏ ਜੇ ਦਰਅਸਲ ਪੁਲਿਸ ਦਾ ਉਹ ਚਿਹਰਾ ਤਾਂ ਠੀਕ ਸੀ ਜਿਸ ਚ ਮੁਰਗੇ ਵਾਂਗ ਕੰਨ ਫੜਾਦੇ ਨੇ ਜਾਂ ਫਿਰ ਡੱਡੂ ਛਾਲਾਂ ਮਰਵਾਉਣੀਆਂ ਪਰ ਹੁਣ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਅੱਤ ਹੀ ਚੱਕ ਦਿੱਤੀ ਹੈ ਪਹਿਲਾਂ ਵੱਡੀਆਂ ਵੱਡੀਆਂ ਉਮਰਾਂ ਵਾਲੇ ਸਿਆਣੇ ਲੋਕਾਂ ਨੂੰ ਤਸ਼ੱਦਦਮਈ ਢੰਗ ਨਾਲ ਕੁੱਟਿਆ ਜਾ ਰਿਹਾ ਹਾਲਾਂਕਿ ਪੰਜਾਬ ਦੇ ਲੋਕਾਂ ਨੂੰ ਵੀ ਹਾਲਾਤ ਨੂੰ ਸਮਝ ਘਰਾਂ 'ਚ ਰੁਕਣਾ ਚਾਹੀਦਾ ਤੇ ਉੱਧਰ ਲੋਕ ਵੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬਾਹਰ ਨਿਕਲਦੇ ਨੇ ਤੇ ਲੋਕ ਖੁਦ ਇਹ ਗੱਲ ਮੰਨਦੇ ਨੇ ਕਿ ਸਰਕਾਰ ਸਾਡੇ ਤੱਕ ਰਾਸ਼ਨ ਪਹੁੰਚਾਉਣ 'ਚ ਫੇਲ ਸਾਬਤ ਹੋਈ ਹੈ ਬਿਊਰੋ ਰਿਪੋਰਟ ਪੰਜਾਬੀ ਟੀਵੀ